ਅਸੀਂ ਗੱਲ ਬਾਈ ਸਾਰਿਆਂ ਨੂੰ ਅੱਜ ਬਾਈ ਚਾਰ ਕੁ ਗੱਲਾਂ ਲਿਖੀਆਂ ਨੇ ਉਹਨਾਂ ਲੋਕਾਂ ਬਾਰੇ ਹਨਾ ਜਿਹੜੇ ਆਪਦੇ ਤੋਂ ਜ਼ਿਆਦਾ ਹਨਾ ਦੂਜਿਆਂ ਦਾ ਧਿਆਨ ਰੱਖਦੇ ਆ ਵੀ ਇਹਨਾਂ ਦੇ ਘਰੇ ਕੀ ਹੁੰਦਾ ਜਾਂ ਉਹਨਾਂ ਦੇ ਕੀ ਹੁੰਦਾ ਹਨਾ ਹਰੇਕ ਪਿੰਡ 'ਚ ਹੀ ਇਹੋ ਜਿਹੇ ਬੰਦੇ ਹੁੰਦੇ ਨੇ ਕਿਸੇ ਦੀਆਂ ਗੱਲਾਂ ਕਰਨ ਵਾਲੇ ਆਪਦੇ ਘਰੇ ਕੀ ਹੁੰਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਹਨਾ ਉਹਦੇ 'ਤੇ ਆ ਬਾਈ ਚਾਰ ਕੁ ਗੱਲਾਂ ਕਿਹਨਾਂ ਦੇ ਘਰੇ ਕੀ ਹੁੰਦਾ ਪਤਾ ਸਭ ਲੋਕਾਂ ਨੂੰ ਹੁੰਦੀ ਆ ਹੈਰਾਨੀ ਦੇ ਕਿਹਨਾਂ ਦੀਆਂ ਸੋਚਾਂ ਨੂੰ ਕਿਹਨਾਂ ਦੇ ਘਰੇ ਕੀ ਹੁੰਦਾ ਪਤਾ ਸਭ ਲੋਕਾਂ ਨੂੰ ਹੁੰਦੀ ਆ ਹੈਰਾਨੀ ਦੇ ਕਿਹਨਾਂ ਦੀਆਂ ਸੋਚਾਂ ਨੂੰ ਆਪਦੇ ਜਵਾਕਾਂ ਉੱਤੇ ਪਾਉਂਦੇ ਰਹਿਣ ਪਰਦੇ ਦੂਜਿਆਂ ਦੀਆਂ ਨੇ ਚੱਬ ਚੱਬ ਗੱਲਾਂ ਕਰਦੇ ਰੱਬ ਜਾਣਦਾ ਏ ਕਾਹਤੋਂ ਛੋਟੇ ਹੋ ਗਏ ਹਾਜ਼ਮੇ ਕਿਸੇ ਦੀ ਤਰੱਕੀ ਦੇਖ ਕਿਉਂ ਨਹੀਂ ਜਰਦੇ ਦੂਜੇ ਦੀਆਂ ਗਲਤੀਆਂ ਕਰਦੇ ਟਰੈਕ ਲੋਕ ਸਾਡੇ ਪਿੰਡ ਦੇ ਰਡਾਰ ਵਰਗੇ ਲੋਕ ਸਾਡੇ ਪਿੰਡ ਦੇ ਰਡਾਰ ਵਰਗੇ ਕਹਿੰਦੇ ਜੀ ਫਲਾਣਿਆਂ ਦਾ ਵਿਗੜ ਗਿਆ ਮੁੰਡਾ ਨਸ਼ਾ ਪੱਤਾ ਹਰ ਉਹਦੀ ਜੇਬ ਵਿੱਚ ਹੁੰਦਾ ਉਹਦੇ ਵੱਸ ਦੀ ਨਹੀਂ ਗੱਲ ਵੀ ਪੜ੍ਹਾਈ ਕਿੱਥੇ ਹੋਣੀ ਆ ਧੋਖਾ ਮਰੂ ਲਾਜ਼ਮੀ ਕਮਾਈ ਕਿੱਥੇ ਹੋਣੀ ਆ ਇੰਨਾ ਜੇ ਧਿਆਨ ਮੁੰਡੇ ਆਪਣੇ 'ਤੇ ਦਮੋ ਸ਼ਾਇਦ ਵੱਡਾ ਦੁਨੀਆ 'ਤੇ ਨਾ ਕਰਜੇ ਦੂਜੇ ਦੀਆਂ ਗਲਤੀਆਂ ਕਰਦੇ ਟਰੈਕ ਲੋਕ ਸਾਡੇ ਪਿੰਡ ਦੇ ਰਡਾਰ ਵਰਗੇ ਲੋਕ ਸਾਡੇ ਪਿੰਡ ਦੇ ਰਡਾਰ ਵਰਗੇ ਕਿਸੇ ਦੀ ਕੁੜੀ ਬਈ ਸ਼ਹਿਰ ਪੜ੍ਹਨ ਜੇ ਲੱਗ ਜੇ ਮੋੜ ਉੱਤੇ ਜਾ ਕੇ ਬਸ ਚੜ੍ਹਨ ਜੇ ਲੱਗ ਜੇ ਚੰਗੀ ਭਲੀ ਨੂੰ ਹੀ ਬਦਨਾਮ ਕਰ ਦਿੰਦੇ ਨੇ ਨਾ ਕਹਿਣ ਵਾਲੀ ਗੱਲ ਸ਼ਰੇਆਮ ਕਰ ਦਿੰਦੇ ਨੇ ਘਰੇ ਜਾ ਕੇ ਆਪਣੇ ਧਿਆਨ ਨਾਲ ਦੇਖਿਓ ਸ਼ਾਇਦ ਕੋਈ ਕਮੀ ਤੁਹਾਡੀ ਨਿਗਾਹ ਚੜ੍ਹ ਜੇ ਦੂਜੇ ਦੀਆਂ ਗਲਤੀਆਂ ਕਰਦੇ ਟਰੈਕ ਲੋਕ ਸਾਡੇ ਪਿੰਡ ਦੇ ਰਡਾਰ ਵਰਗੇ ਕੱਲ ਤੱਕ ਟਾਈਮ ਮੇਰਾ ਮਾੜਾ ਸੀ ਜ਼ਰੂਰ ਸਾਰਿਆਂ ਦੇ ਵਹਿਮ ਹੁਣ ਛੇਤੀ ਕਰੂੰ ਦੂਰ ਸਦਾ ਨਹੀਂ ਉਹ ਇੱਕੋ ਜਿਹੇ ਹਾਲਾਤ ਰਹਿੰਦੇ ਹੁੰਦੇ ਜਾਣਕਾਰ ਦੂਰ ਦੇ ਨਹੀਂ ਰਾਤ ਰਹਿੰਦੇ ਹੁੰਦੇ ਜੱਸੋ ਵਾਲੀ ਇਹਨੂੰ ਗੱਲ ਕੱਲੀ ਕੱਲੀ ਯਾਦ ਆ ਛੇੜ ਮੇਰੀ ਗੱਲ ਲਏ ਜਿਨ੍ਹਾਂ ਨੇ ਸਵਾਦ ਆ ਦੀਪ ਨੂੰ ਆਪਾਂ ਨਾ ਬਾਹਰ ਹੋਣ ਦੇ ਮਾਲਕ ਆ ਨਾ ਦੁਨੀਆਂ ਦੀ ਆਪਾਂ ਪਰਵਾਹ ਕਰਦੇ ਦੂਜੇ ਦੀਆਂ ਗਲਤੀਆਂ ਕਰਦੇ ਟਰੈਕ ਲੋਕ ਸਾਡੇ ਪਿੰਡ ਦੇ ਰਡਾਰ ਵਰਗੇ ਲੋਕ ਸਾਡੇ ਪਿੰਡ ਦੇ ਰਡਾਰ ਵਰਗੇ ਮੇਰੇ ਕੋਲ